ਬਹੁਤ ਹੀ ਦੁੱਖਦਾਇਕ ਘਟਨਾ ਹੈ ਜੋ ਇੱਕ ਸਿੱਖ ਦੇ ਉੱਤੇ ਜੋ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਬੱਸ ਵਿੱਚੋਂ ਉਤਾਰ ਕੇ ਸਿੱਖ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਸਿਰ ਵਿੱਚ ਪੱਥਰ ਮਾਰੇ, ਉਸਨੂੰ ਲਹੂ ਲੁਹਾਨ ਕੀਤਾ ਗਿਆ। ਇਹਦੇ ਨਾਲ ਮਨੁੱਖਤਾ ਵੀ ਸ਼ਰਮਸ਼ਾਰ ਹੁੰਦੀ ਹੈ ਕਿਉਂਕਿ ਕੋਰਟ ਦਾ ਫੈਸਲਾ ਹੈ ਕਿ ਜਨਤਕ ਥਾਵਾਂ ਦੇ ਉੱਤੇ ਇਹ ਤੰਬਾਕੂ ਨੋਸ਼ੀ ਨਹੀਂ ਕੀਤੀ ਜਾ ਸਕਦੀ, ਸਿਗਰਟ ਨਹੀਂ ਪੀਤੀ ਜਾ ਸਕਦੀ। ਸਿੱਖ ਨੇ ਕੇਵਲ ਸਿਗਰਟ ਪੀਣ ਤੋਂ ਰੋਕਿਆ ਸੀ, ਜਿਸ ਕਰਕੇ ਉਸ ਨੌਜਵਾਨਾਂ ਜਿਹੜੇ ਹੁੱਲੜਬਾਜ ਸੀ ਉਹਨਾਂ ਨੇ ਬੱਸ ਵਿੱਚੋਂ ਉਤਾਰ ਕੇ ਸਿੱਖ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਸਾਨੂੰ ਉਹ ਨਵੰਬਰ 1984 ਉਹਦੀਆਂ ਚਸਕਾਂ ਵੀ ਪੈਣ ਲੱਗ ਪਈਆਂ ਨੇ ਔਰ ਸਿੱਖਾਂ ਦੇ ਨਾਲ ਥਾਂ ਥਾਂ ਦੇ ਉੱਤੇ ਧੱਕੇ ਹੋ ਰਹੇ ਨੇ। ਕਿਤੇ ਮਰਦੇ ਮੁਜਾਹਦ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਉਹਨਾਂ ਦੇ ਇਤਿਹਾਸ ਨੂੰ ਬਹੁਤ ਮਰੋੜ ਤਰੋੜ ਕੇ ਲੋਕਾਂ ਆਪਣੇ ਕਿਤਾਬਾਂ ਵਿੱਚ ਛਾਪ ਕੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਬੱਚਿਆਂ ਦੇ ਮਨ ਵਿੱਚ ਜ਼ਹਿਰ ਪੈਦਾ ਕੀਤਾ ਜਾ ਰਿਹਾ ਹੈ। ਸਾਨੂੰ ਸਮੁੱਚੀ ਸਿੱਖ ਕੌਮ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਹੋ ਕੇ ਇਸ ਦਾ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਤਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਹੀਆ ਨਾ ਕਰ ਸਕੇ ਕਿ ਸਾਡੇ ਬੱਚਿਆਂ ਨੂੰ, ਨੌਜਵਾਨਾਂ ਨੂੰ ਬੱਸਾਂ 'ਚੋਂ ਉਤਾਰ ਕੇ ਕੁੱਟਿਆ ਜਾਏ, ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਜਾਏ। ਇਸ ਲਈ ਸਾਨੂੰ ਸਾਰੀ ਕੌਮ ਨੂੰ ਸੁਰਜੀਤ ਹੋਣਾ ਚਾਹੀਦਾ, ਸੁਚੇਤ ਹੋਣਾ ਚਾਹੀਦਾ ਹੈ ਔਰ ਜੋ ਸੂਬਾ ਸਰਕਾਰਾਂ ਨੇ ਇਸ ਦੇ ਉੱਤੇ ਸਖਤੀ ਦੇ ਨਾਲ ਐਕਸ਼ਨ ਲਾਉਣ ਤਾਂ ਕਿ ਅਮਨ ਸ਼ਾਂਤੀ ਜਿਹੜੀ ਆ ਸਾਡੇ ਸੂਬੇ ਦੀ ਇਸੇ ਤਰ੍ਹਾਂ ਬਰਕਰਾਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਫਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ। ਸੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988 6543 47 ਤੇ, ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharfalindia.com।